ਕੰਮ ਤੋਂ ਵਾਪਸ ਆ ਰਹੇ ਇੱਕ ਵਿਅਕਤੀ ਦੇ ਨਾਲ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ 30,000 ਰੁਪਏ ਇਸ ਵਿਅਕਤੀ ਦੇ ਕੋਲੋਂ ਲੁੱਟ ਲਏ ਗਏ ਨੇ। 3 ਬਾਈਕਾਂ ਦੇ ਉੱਤੇ ਸਵਾਰ ਹੋ ਕੇ ਇਹ ਲੁਟੇਰੇ ਆਏ ਸੀ ਅਤੇ ਆਉਂਦੇ ਸਾਰ ਹੀ ਰਾਤ ਦੇ ਸਮੇਂ ਕਿਹਾ ਜਾ ਰਿਹਾ ਕਿ ਇਸ ਵਿਅਕਤੀ ਦੇ ਉੱਤੇ ਟੁੱਟ ਕੇ ਪੈ ਜਾਂਦੇ ਨੇ ਅਤੇ ਟੁੱਟ ਕੇ ਪੈਣ ਤੋਂ ਬਾਅਦ ਇਸ ਦੇ ਕੋਲੋਂ ਮੋਬਾਈਲ ਫੋਨ, 30,000 ਰੁਪਏ ਕੈਸ਼ ਅਤੇ ਬਾਈਕ ਲੈ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ। ਸ਼ੇਰਪੁਰ ਇਲਾਕੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਦੇਰ ਰਾਤ 1 ਵਜੇ ਜਦੋਂ ਇੱਕ ਵਿਅਕਤੀ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਸਨੂੰ 3 ਲੁਟੇਰੇ ਟੁੱਟ ਕੇ ਪੈ ਜਾਂਦੇ ਨੇ, ਜਿਸ ਤੋਂ ਬਾਅਦ ਉਸਦਾ ਮੋਬਾਈਲ ਫੋਨ, ਪਰਸ ਅਤੇ 30,000 ਰੁਪਏ ਕੈਸ਼ ਦੇ ਨਾਲ ਨਾਲ ਬਾਈਕ ਵੀ ਲੈ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਸ ਘਟਨਾ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੋ ਲੁਟੇਰੇ ਸੀ ਉਹਨਾਂ ਦੇ ਵੱਲੋਂ ਇਸ ਵਿਅਕਤੀ ਦੇ ਨਾਲ ਕੁੱਟਮਾਰ ਵੀ ਕੀਤੀ ਗਈ, ਜਿਸ ਦੇ ਵਿੱਚ ਇਸ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ ਨੇ। ਤਾਂ CCTV ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਦੇ ਉੱਤੇ ਪਹਿਲਾਂ ਤਾਂ 3 ਲੁਟੇਰੇ ਆਉਂਦੇ ਨੇ ਅਤੇ ਇਸ ਵਿਅਕਤੀ ਨੂੰ ਘੇਰਾ ਪਾਇਆ ਜਾਂਦਾ। ਘੇਰਾ ਪਾਉਣ ਤੋਂ ਬਾਅਦ ਜਿਵੇਂ ਹੀ ਇਸ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਤਾਂ ਵਿਰੋਧ ਦੇ ਚੱਕਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੁਟੇਰਿਆਂ ਨੂੰ ਗੁੱਸਾ ਆ ਜਾਂਦਾ ਅਤੇ ਫਿਰ ਇਸ ਦੇ ਉੱਤੇ ਲਾਠੀ ਡੰਡੇ ਬਰਸਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਅਤੇ ਵਿਅਕਤੀ ਜੋ ਹੈ ਉਹ ਗਿਰ ਕੇ ਸਾਈਡ ਦੇ ਵਿੱਚ ਹੋ ਜਾਂਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਇਸਦੀ ਜੇਬਾਂ ਜੋ ਨੇ ਉਸਦੀ ਤਲਾਸ਼ੀ ਲਈ ਜਾਂਦੀ ਹੈ ਲੁਟੇਰਿਆਂ ਦੇ ਵੱਲੋਂ। ਤਾਂ ਜੇਬ ਦੇ ਵਿੱਚੋਂ ਮੋਬਾਈਲ ਫੋਨ, 30,000 ਰੁਪਏ ਕੈਸ਼, ਪਰਸ ਦੇ ਨਾਲ ਨਾਲ ਬਾਈਕ ਵੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਨੇ। ਹਾਲਾਂਕਿ ਇਸ ਘਟਨਾ ਦੇ ਸੰਬੰਧੀ ਹੁਣ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ, ਸੂਚਿਤ ਕਰ ਦਿੱਤਾ ਗਿਆ ਅਤੇ ਪੁਲਿਸ ਦੇ ਵੱਲੋਂ ਵੀ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਆ। ਅਤੇ ਇਸ ਦੇ ਨਾਲ ਹੀ ਪੀੜਿਤ ਵਿਅਕਤੀ ਨੇ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਾਤ ਨੂੰ 10 ਵਜੇ ਤੋਂ ਬਾਅਦ ਉਹ ਘਰ ਤੋਂ ਬਾਹਰ ਨਾ ਨਿਕਲਣ, ਕਿਉਂਕਿ ਪੰਜਾਬ ਦੇ ਵਿੱਚ ਮਾਹੌਲ ਜੋ ਹੈ ਉਹ ਬਿਲਕੁਲ ਹੀ ਖਰਾਬ ਹੋ ਚੁੱਕਾ ਹੈ। ਮੇਰਾ ਨਾਮ ਰਜੇਸ਼ ਖੰਨਾ ਜੀ, ਮੈਂ ਸੁਖਦੇਵ ਨਗਰ 'ਚ ਰਹਿੰਦਾ। ਹਾਂਜੀ, ਕੀ ਗੱਲ ਬਾਤ ਹੋਈ, ਕਿਹਦੀ ਘਟਨਾ ਜੋ ਲੁੱਟ ਗਈ ਜੀ ਦੱਸੋ। ਇਹ 3 ਤਰੀਕ ਰਾਤ ਦੀ 1 ਵਜੇ ਦੀ ਘਟਨਾ ਜੀ, ਜਦੋਂ ਮੈਂ ਸ਼ੇਰਪੁਰ ਚੌਂਕ ਤੋਂ ਘਰ ਵਾਪਸ ਲੁਧਿਆਣੇ ਆ ਰਿਹਾ ਸੀ ਜੀ, ਤਾਂ ਰਸਤੇ 'ਚ ਮੈਨੂੰ ਮੋਤੀ ਨਗਰ ਸੇਠੀ ਢਾਬੇ ਦੇ ਕੋਲ 3 ਮੋਟਰਸਾਈਕਲ ਵਾਲਿਆਂ ਨੇ ਇਕੱਠਿਆਂ ਨੇ ਆ ਕੇ ਮੈਨੂੰ ਘੇਰ ਲਿਆ। ਉਹਨਾਂ ਨੇ ਆਉਂਦੇ ਨਾਲ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਮੇਰਾ ਦਾਤ ਮਾਰੇ, ਮੇਰੀ ਦੋਵੇਂ ਬਾਹਾਂ ਤੋੜਤੀਆਂ ਉਹਨਾਂ ਨੇ ਅਤੇ ਫ੍ਰੈਕਚਰ ਮੈਨੂੰ ਕਰ ਦਿੱਤਾ। ਮੇਰਾ ਮੋਟਰਸਾਈਕਲ ਵੀ ਲੈ ਗਏ ਨਾਲ, 30,000 ਰੁਪਈਆ ਲੈ ਗਏ ਨਾਲ, ਮੋਬਾਈਲ ਖੋ ਕੇ ਲੈ ਗਏ ਨਾਲ, ਮੈਨੂੰ ਉੱਥੇ ਹੀ ਮਾਰ ਕੇ ਸੱਟ ਗਏ। ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੀ ਪੁਲਿਸ ਨੇ। ਮੁਕਦਮਾ ਦਰਜ ਕਰ ਲਿਆ? ਮੁਕਦਮਾ ਦਰਜ ਤਾਂ ਹੋ ਗਿਆ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ। ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀ ਹੈ? ਮੰਗ ਇਹੀ ਹੈ ਜੀ, ਇੱਥੇ ਗੁੰਡਾ ਰਾਜ ਤਾਂ ਨਿਕੇਲ ਪਾਈ ਜਾਵੇ। ਅਸੀਂ 9-10 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲ ਸਕਦੇ, ਅੱਜ ਤੋਂ ਬਾਅਦ ਮੈਂ ਵੀ ਨਹੀਂ ਨਿਕਲਣਾ। ਅੱਜ ਤੋਂ ਬਾਅਦ ਮੈਂ ਇਹੀ ਅਪੀਲ ਕਰਾਂਗਾ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਸੱਜਣਾਂ ਨੂੰ ਵੀ ਅੱਜ ਤੋਂ ਬਾਅਦ 9-10 ਵਜੇ ਤੋਂ ਘਰ ਬਾਹਰ ਬੱਚਿਆਂ ਨੂੰ ਨਾ ਭੇਜੋ, ਕਿਉਂਕਿ ਗੁੰਡਾ ਰਾਜ ਹੈਗਾ, ਭਗਵੰਤ ਮਾਨ ਸਰਕਾਰ ਫੇਲ ਹੋ ਗਈ ਬਿਲਕੁਲ। ਅੱਜ ਤੋਂ ਬਾਅਦ ਮੇਰਾ ਇਹੀ ਮੈਸੇਜ ਹੈ। ਅਤੇ ਗੱਲ ਕਰੀ, ਕਿਸੇ ਨੇ ਮਦਦ ਕੀਤੀ ਮੌਕੇ 'ਤੇ? ਮੌਕੇ 'ਤੇ ਕਿਸੇ ਨੇ ਮਦਦ ਨਹੀਂ ਕੀਤੀ ਜੀ। ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ, ਮੈਨੂੰ ਇਨਸਾਫ ਦਵਾਇਆ ਜਾਵੇ। ਜੋ ਵੀ ਮੇਰੇ ਨਾਲ ਘਟਨਾ ਵਾਪਰੀ ਹੈ, 3 ਦਿਨ ਅਸੀਂ ਹਸਪਤਾਲ ਦਾਖਲ ਰਹੇ ਹਾਂ, ਮੈਨੂੰ ਇਹਦਾ ਇਨਸਾਫ ਦਵਾਇਆ ਜਾਵੇ।